ਇੱਧਰ ਤਵੱਜੋ ਕਰਨਾ ਜ਼ਰਾ, ਸ਼ਾਇਰ ਕੀ ਕਹਿੰਦਾ ਹੈ। ਹਾਂ ਜਿਹਦਾ ਜੱਗ ਪਰਵਾਨਾ ਏ, ਜਿਹਦਾ ਐ ਸਾਰਾ ਜੱਗ ਪਰਵਾਨਾ ਏ, ਉਹ ਬਾਬਾ ਜ਼ਹਰਾ ਦਾ ਹਸਨੈਨ ਦਾ ਨਾਨਾ ਏ। ਇੰਝ ਜ਼ਰਾ ਸਰਾ ਸੁਬਹਾਨ ਅੱਲਾ ਦੀ ਛੱਲ ਆਵੇ, ਜਿੱਦੇ ਜਿੱਦਾਂ ਦਰਿਆ ਅੰਦਰ ਸਮੁੰਦਰ ਅੰਦਰ ਪਾਣੀ ਦੀ ਛੱਲ ਆਉਂਦੀ ਏ, ਜਿੱਥੇ ਹੁੰਦੇ ਨੇ ਓੜ ਅਤੇ ਜਾਂਦੇ ਨੇ ਮਾਸ਼ਾਅੱਲਾ, ਹੋ ਜਾਂਦੇ ਨੇ ਸੁਬਹਾਨ ਅੱਲਾ ਕਹਿ ਕੇ ਲੋੜ, ਅਤੇ ਮੇਰੀ ਜੇਬੀ ਵੀ ਕਰ ਦਿੰਦੇ ਨੇ ਲੋੜ ਮਾਸ਼ਾਅੱਲਾ। ਮੁਹੱਬਤ ਨਾਲ ਬੋਲਣਾ ਜ਼ਰਾ, ਜਿੱਦਾਂ ਜੱਗ ਪਰਵਾਨਾ ਏ, ਉਹ ਬਾਬਾ ਜ਼ਹਰਾ ਦਾ ਹਸਨੈਨ ਦਾ ਨਾਨਾ ਏ। ਅਗਲਾ ਸ਼ੇਰ ਇਸ ਤੋਂ ਵੀ ਕਮਾਲ ਆ ਗਿਆ, ਸੁਬਹਾਨ ਅੱਲਾ ਦੀ ਜ਼ਰਾ ਛੱਲ ਆਵੇ ਤਾਂ ਕਿ ਅਗਲੀ ਸੋਹਣੀ ਗੱਲ ਆਵੇ। ਕਿਆ ਬਾਤ ਮਦੀਨੇ ਦੀ, ਕਿਆ ਬਾਤ ਮਦੀਨੇ ਦੀ, ਖੁਸ਼ਬੂਆਂ ਖੁਸ਼ਬੂ ਵੱਖਰੀ, ਓਏ ਸਾਡੇ ਨਬੀ ਦੇ ਪਸੀਨੇ ਦੀ, ਸਾਡੇ ਨਬੀ ਦੇ ਪਸੀਨੇ ਦੀ। ਯਾ ਅੱਲਾ, ਜਿਹੜਾ ਇਹ ਸ਼ੇਰ ਤੋਂ ਬਾਅਦ ਸੁਬਹਾਨ ਅੱਲਾ ਕਵੇ, ਉਹਨੂੰ ਮੱਕੇ ਮਦੀਨੇ ਲੈ ਜਾਈਂ ਅਤੇ ਇਹ ਸਾਲ ਹੀ ਲੈ ਜਾਈਂ ਕਿ ਜ਼ਮ ਜ਼ਮ ਦਾ ਪਾਣੀ ਏ, ਜ਼ਮ ਜ਼ਮ ਦਾ ਪਾਣੀ ਏ। ਓਏ ਜਿੰਦ ਲਾ ਸੁਨਿਆ ਕਾ ਦੇ ਨਾ, ਇਹ ਉਂਝੋ ਵੀ ਤਾਂ ਜਾਣੀ ਏ। ਔਰ ਨਬੀ ਪਾਕ ਦੇ ਸੀਨਾ ਪਾਕ ਨੂੰ ਦੇ ਕੇ ਸ਼ਾਇਰ ਨੇ ਜੋੜ ਜੋੜਿਆ ਤੇ ਅੱਲਾ ਦੇ ਫਜ਼ਲ ਨਾਲ ਕਮਾਲਾਂ ਹੋ ਗਈਆਂ। ਕੀ ਕਹਿੰਦਾ ਏ ਸ਼ਾਇਰ, ਅਲਮ ਨਸ਼ਰਾ ਹਸੀਨਾ ਏ, ਅਲਮ ਨਸ਼ਰਾ ਹਸੀਨਾ ਏ, ਲੋਕਾਂ ਦੀਆਂ ਲੱਖ ਠਾਰਾਂ ਸਾਡੀ ਠਾਰ ਮਦੀਨਾ ਏ। ਔਰ ਅਗਲਾ ਸ਼ੇਰ ਮੈਂ ਜੋੜਿਆ ਅੱਲਾ ਦੇ ਫਜ਼ਲ ਨਾਲ, ਓੜ ਬਰਾਦਰੀ ਜ਼ਰਾ ਤਵੱਜੋ ਕਰਨਾ, ਨਬੀ ਪਾਕ ਦੇ ਰੋਜ਼ਾ ਪਾਕ ਨੂੰ ਦੇ ਕੇ ਮੈਂ ਜੋੜ ਜੋੜਿਆ ਅੱਲਾ ਦੇ ਫਜ਼ਲ ਨਾਲ ਕਿ ਮੇਰੇ ਆਕਾ ਜੀ ਦਰਬਾਰ ਅਲੱਗ ਤੇਰਾ, ਪੂਰੀ ਦੁਨੀਆ ਦੇ ਦਰਬਾਰਾਂ ਵਿੱਚੋਂ ਮੇਰੇ ਆਕਾ ਜੀ ਦਰਬਾਰ ਅਲੱਗ ਤੇਰਾ, ਜਿਬਰੀਲ ਤੇਰਾ ਖਾਦਿਮਾ ਗੁਲਾਮ ਜੱਗ ਤੇਰਾ। ਮੈਂ ਕਿਉਂ ਨਾ ਕਹਿ ਦੇਵਾਂ, ਜਿਹੜਾ ਮੈਂ ਸ਼ੇਰ ਪੜ੍ਹਨ ਲੱਗਾ ਮੇਰੇ ਨਾਲ ਨਾਲ ਮਿਲ ਕੇ ਪੜ੍ਹਨਾ ਏ। ਯਾ ਅੱਲਾ, ਜਿਹੜਾ ਮੇਰੇ ਨਾਲ ਨਾਤ ਪੜ੍ਹੇ ਉਹਨੂੰ ਨਬੀ ਪਾਕ ਦਾ ਕਿਆਮਤ ਵਾਲੇ ਦਿਨ ਦੀਦਾਰ ਨਸੀਬ ਫਰਮਾ ਦੇਈਂ, ਨਬੀ ਪਾਕ ਦਾ ਸਾਥ ਨਸੀਬ ਫਰਮਾ ਦੇਈਂ। ਮੈਂ ਤੇ ਪੂਰੇ ਪੰਜਾਬ ਬੰਦਰ ਕਹਿ ਰਿਹਾ, ਫਿਰ ਕਿਉਂ ਨਾ ਕਹਿ ਦੇਵਾਂ, ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਮੇਰੇ ਨਾਲ ਨਾਲ ਮਿਲ ਕੇ ਪੜ੍ਹਨਾ ਜ਼ਰਾ, ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ, ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਜਨਤਾ ਨੂੰ ਜਾਏਗੀ ਸਵਾਰੀਆਂ
ਇਨਸ਼ਾਅੱਲਾ ਮੁਹੱਬਤ ਕਰਦੇ ਹੋ, ਪਿਆਰ ਕਰਦੇ ਹੋ, ਮੇਰੇ ਉਸਤਾਦ ਜੀ ਦੀ ਲਾਜ ਰੱਖਦੇ ਹੋ, ਨਬੀ ਪਾਕ ਦੀ ਨਾਂ ਸੁਣ ਕੇ ਸ਼ਾਇਰਾਂ ਦੀ ਖਿਦਮਤ ਕਰਦੇ ਹੋ, ਗੋਇਆ ਕਿ ਨਬੀ ਪਾਕ ਨਾਲ ਮੁਹੱਬਤ ਦਾ ਇਜ਼ਹਾਰ ਏ। ਯਾ ਅੱਲਾ, ਕਿਆਮਤ ਵਾਲੇ ਦਿਨ ਹੌਜ਼ੇ ਕੌਸਰ ਦੇ ਉੱਤੋਂ ਮੇਰੇ ਨਬੀ ਦੇ ਸੋਹਣੇ ਸੋਹਣੇ ਖੁਸ਼ਬੂਦਾਰ ਹੱਥਾਂ ਵਿੱਚੋਂ ਇਹਨਾਂ ਸਾਰਿਆਂ ਨੂੰ ਜਾਮ ਨਸੀਬ ਕਰਦੇ। ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਅਗਲਾ ਸ਼ੇਰ ਬੜੀ ਮੁਹੱਬਤ ਵਾਲਾ ਆ ਗਿਆ, ਇੰਜ ਜ਼ਰਾ ਸੁਬਹਾਨ ਅੱਲਾ ਦੀ ਛਲ ਆਵੇ, ਜ਼ਰਾ ਅੱਲਾ ਰਾਜ਼ੀ ਹੋ ਜਾਵੇ। ਓਏ ਜਿਹੜੇ ਸਦਾ ਪੜ੍ਹਦੇ ਨੇ ਜੰਨਤ ਵਿੱਚ ਮੁਸਤਫਾ ਦੇ ਨਾਲ ਹੋਣਗੇ, ਉਹ ਜੰਨਤ ਵਿੱਚ ਮੁਸਤਫਾ ਦੇ ਨਾਲ ਹੋਣਗੇ, ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਜਦੋਂ ਦਿਨ ਹਸ਼ਰ ਸਵਾਲ ਹੋਣਗੇ, ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਔਰ ਕਦਰੂ ਲਾਦ ਦਾ ਮਾਂ ਪਿਓ ਜਾਣੇ, ਓਏ ਕਦਰੂ ਲਾਦ ਦਾ ਮਾਂ ਪਿਓ ਜਾਣੇ, ਦੇਖੀ ਜਾਣ ਲੋਕ ਬਿਗਾਨਾ, ਓਏ ਕਦਰੂ ਹੁਸੈਨ ਦਾ ਫਾਤਿਮਾ ਜਾਣੇ, ਦੇਖੀ ਜਾਣ ਲੋਕ ਬਿਗਾਨਾ। ਓਏ ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਔਰ ਦੋ ਸ਼ੇਰ ਮੇਰੇ ਉਸਤਾਦ ਜੀ ਦੀ ਪਸੰਦੀਦਾ ਨਾਤ, ਜਿਹਦੇ ਵਿੱਚ ਮੈਂ ਵੀ ਜੋੜ ਜੋੜੇ ਅੱਲਾ ਦੇ ਫਜ਼ਲ ਨਾਲ, ਮੈਂ ਰਾਤ ਖਾਨਪੁਰ ਦੀ ਕਾਨਫਰੰਸ ਦੇ ਅੰਦਰ ਵੀ ਅੱਲਾ ਦੇ ਫਜ਼ਲ ਨਾਲ ਬਹੁਤ ਬੜੇ ਮਜਮੇ ਦੇ ਅੰਦਰ ਪੜ੍ਹ ਕੇ ਆਇਆ ਵਾਂ ਤੁਹਾਨੂੰ ਵੀ ਕਿਉਂ ਨਾ ਦੋ ਜੁਮਲੇ ਸੁਣਾ ਦੇਵਾਂ, ਇਨਸ਼ਾਅੱਲਾ ਇਮਾਨ ਤਾਜ਼ਾ ਹੋਏਗਾ। ਜ਼ਰਾ ਗੱਜ ਕੇ ਕਹਿ ਦਿਓ ਇੱਕ ਵਾਰੀ ਸੁਬਹਾਨ ਅੱਲਾ। ਇਹ ਜਿਹੜਾ ਮੈਂ ਪਹਿਲਾ ਸ਼ੇਰ ਪੜ੍ਹਨਾ ਹੈ, ਇਹ ਸ਼ੇਰ ਦੇ ਆਖਰ 'ਤੇ ਮੇਰੀ ਸੱਜੀ ਸਾਈਡ ਵਾਲੇ ਨੌਜਵਾਨ ਹੱਥ ਉਠਾ ਕੇ ਸੁਬਹਾਨ ਅੱਲਾ ਕਹਿਣਗੇ, ਅਤੇ ਦੂਸਰੇ ਸ਼ੇਰ ਤੋਂ ਬਾਅਦ ਨੌਜਵਾਨ ਖੱਬੀ ਸਾਈਡ ਵਾਲੇ ਹੱਥ ਉਠਾ ਕੇ ਸੁਬਹਾਨ ਅੱਲਾ ਕਹਿਣਗੇ। ਅਗਰ ਨਾਤ ਸੁਣ ਕੇ ਮਜ਼ਾ ਨਾ ਆਏ ਤਾਂ ਪੈਸੇ ਵਾਪਸ, ਕਿਉਂ ਨਾ ਕਹਿ ਦੇਵਾਂ। ਸੱਚ ਦੱਸਨੀ ਹਲੀਮਾ ਸਾਦੀਆਂ, ਕਿੱਥੋਂ ਲੈ ਆਈ ਏ ਸੋਨਾ ਲਾ। ਸੱਚ ਦੱਸਨੀ ਹਲੀਮਾ ਸਾਦੀਆਂ, ਕਿੱਥੋਂ ਲੈ ਆਈ ਏ ਸੋਨਾ ਲਾਲ। ਸਾਨੂੰ ਦੱਸਨੀ ਹਲੀਮਾ ਸਾਦੀਆਂ, ਕਿੱਥੋਂ ਲੈ ਆਈ ਏ ਸੋਨਾ ਲਾਲ। ਲੁਕਦਾ ਫਿਰਦਾ ਚੰਨ ਅਸਮਾਨੀ, ਲੁਕਦਾ ਫਿਰਦਾ ਚੰਨ ਅਸਮਾਨੀ, ਨਿਜੇ ਦਾ ਵੇਖ ਕੇ ਹੁਸਨ ਜਮਾਲ। ਸਾਨੂੰ ਦੱਸਨੀ ਹਲੀਮਾ ਸਾਦੀਆਂ, ਕਿੱਥੋਂ ਲੈ ਆਈ ਏ ਸੋਨਾ ਲਾਲ। ਸਾਨੂੰ ਦੱਸਨੀ ਹਲੀਮਾ ਸਾਦੀਆਂ, ਕਿੱਥੋਂ ਲੈ ਆਈ ਏ ਸੋਨਾ ਲਾਲ। ਅਗਲਾ ਸ਼ੇਰ ਬੜੀ ਮੁਹੱਬਤ ਦੇ ਵਾਲ ਪਿਆਰ ਵਾਲਾ, ਕਾਰੀ ਸਾਹਿਬ ਦੇਖਣਾ ਇਸ ਸ਼ੇਰ ਤੋਂ ਬਾਅਦ ਇਨਸਾਫ ਹੋਇਆ ਕਿ ਨਹੀਂ ਹੋਇਆ। ਸਾਡਾ ਅਕੀਦਾ ਨੋਟ ਕਰਨਾ, ਇਹ ਓਡ ਬਰਾਦਰੀ ਦਾ ਅਕੀਦਾ ਕੀ ਹੈ ਮੀਆਂ ਚੰਨੂ ਵਾਲਿਆਂ ਦਾ। ਓਏ ਰੱਬ ਚਾਹੇ ਤੇ ਚੰਨ ਤੋੜ ਦੇਵੇ, ਰੱਬ ਚਾਹੇ ਤੇ ਚੰਨ ਤੋੜ ਦੇਵੇ, ਤੂੰ ਸੂਰਜ ਵੀ ਰੱਬ ਮੋੜ ਦੇਵੇ, ਉਹ ਮੋੜ ਦੇਵੇ ਰੱਬ ਮੋੜ ਦੇਵੇ। ਰੁੱਖ ਕਦਮਾਂ ਦੇ ਵਿਚਾਵੇ
ਰੁਖ ਕਦਮਾਂ ਦੇ ਵਿੱਚ ਆਵੇ ਇਸ਼ਾਰਾ ਕਰੇ ਜੇ ਉਂਗਲੀ ਨਾਲ ਸੱਚ ਦੱਸਨੀ ਹਲੀਮਾ ਸਾਦੀਆਂ ਕਿੱਥੋਂ ਲੈ ਆਈਏ ਸੋਨਾ ਲਾਲ ਸਾਨੂੰ ਦੱਸਨੀ ਹਲੀਮਾ ਸਾਦੀਆਂ ਕਿੱਥੋਂ ਲੈ ਆਈਏ ਸੋਨਾ ਲਾਲ ਅਗਲਾ ਸ਼ੇਰ ਆ ਗਿਆ ਮੇਰੀ ਬਾਈ ਸਾਈਡ ਵਾਲੇ ਬਸ ਦੋ ਸ਼ੇਰ ਰਹਿ ਗਏ ਅਤੇ ਮੇਰਾ ਸਲਾਮ ਤੁਹਾਡੇ ਵਾਸਤੇ ਸ਼ੇਰ ਆ ਗਿਆ ਅਤੇ ਬੜਾ ਕਮਾਲ ਸ਼ੇਰ ਹੈ ਅੱਲਾ ਦੇ ਫਜ਼ਲ ਨਾ ਨੀ ਤੂੰ ਸਜਾਇਆ ਨਾ ਇਹ ਯਤੀਮ ਜੋਹਾਂ ਹਜ਼ਰਤ ਹਲੀਮਾ ਦਾਈਆਂ ਨਾਲ ਗੱਲਾਂ ਕਰ ਰਹੀਆਂ ਨੇ ਨੀ ਤੂੰ ਸਜਾਇਆ ਨਾ ਇਹ ਯਤੀਮ ਜੋਹਾਂ ਨੀ ਪਰ ਰੱਬ ਦੀ ਤਕਸੀਮ ਜੋਹਾਂ ਨੀ ਤੂੰ ਸਜਾਇਆ ਨਾ ਇਹ ਯਤੀਮ ਜੋਹਾਂ ਪਰ ਰੱਬ ਦੀ ਤਕਸੀਮ ਜੋਹਾਂ ਨੀ ਤੁਸੀਂ ਚਾਲੇ ਬਾਲ ਅਮੀਰਾਂ ਦੇ ਤੁਸੀਂ ਚਾਲੇ ਬਾਲ ਅਮੀਰਾਂ ਦੇ ਤੁਹਾਨੂੰ ਬਹੁ ਹੈ ਨਮਾਨ ਅਮੀਰਾਂ ਤੇ ਮਹਸ਼ਰ ਤਾਈਂ ਮਹਸ਼ਰ ਤਾਈਂ ਹੁਣ ਦਾਈ ਨਰਲ ਸੀ ਮੇਰੇ ਬਖਤਾ ਨਾਲ ਸਾਨੂੰ ਦੱਸਨੀ ਹਲੀਮਾ ਸਾਦੀਆਂ ਕਿੱਥੋਂ ਲੈ ਆਈਏ ਸੋਨਾ ਲਾਲ ਨਾ ਤੇ ਬਹੁਤ ਜ਼ਿਆਦਾ ਹੈ ਲੇਕਿਨ ਆਖਰੀ ਸ਼ੇਰ ਸੁਣੋ ਤੇ ਮੇਰਾ ਸਲਾਮ ਹੈ ਇਸ ਸ਼ੇਰ ਤੋਂ ਬਾਅਦ ਮੈਂ ਫੌਰੀ ਤੌਰ ਤੇ ਮੈਕ ਛੱਡ ਕੇ ਚਲਾ ਜਾਵਾਂਗਾ ਹੱਥ ਉਠਾ ਕੇ ਜ਼ਰਾ ਸੁਭਾਨ ਅੱਲਾ ਕਹਿਣੀ ਹੈ ਜ਼ਰਾ ਇੱਕੋ ਕੰਮ ਕਰਨਾ ਮੇਰੇ ਭਾਈ ਆਵਾਜ਼ ਵੀ ਕੰਮ ਕਰਨਾ ਇਹਨਾਂ ਦੀ ਆਵਾਜ਼ ਸੁਣਨੀ ਹੈ ਮੈਂ ਇਨਸ਼ਾ ਅੱਲਾ ਗੱਜ ਕੇ ਜ਼ਰਾ ਸੁਭਾਨ ਅੱਲਾ ਕਹਿਣੀ ਹੈ ਆਖਰ ਤੇ ਨਬੀ ਪਾਕ ਦੀ ਸ਼ਾਨ ਸੁਣੋ ਇੱਕ ਕੁਰਾਨੇ ਪਾਕ ਦੇ ਵਿੱਚੋਂ ਤੇ ਮੇਰਾ ਸਲਾਮ ਅੱਖੀਆਂ ਮਾਜ਼ਾ ਗਲ ਬਸਰ ਅੱਖੀਆਂ ਮਾਜ਼ਾ ਗਲ ਬਸਰ ਵੱਲੈਲ ਦੇ ਸੋਹਣੇ ਵਾਲ ਅੱਖੀਆਂ ਮਾਜ਼ਾ ਗਲ ਬਸਰ ਵੱਲੈਲ ਦੇ ਸੋਹਣੇ ਵਾਲ ਹੱਥ ਉਠਾ ਕੇ ਜ਼ਰਾ ਓਏ ਜਿਹੜਾ ਵੇਖੇ ਡੁੱਲਦਾ ਜਾਵੇ ਜਿਹੜਾ ਵੇਖੇ ਡੁੱਲਦਾ ਜਾਵੇ ਕਰੇ ਜਾਨ ਨਬੀ ਤੋਂ ਨਿਸਾਰ ਜੀ ਠੀਕ ਹੈ ਜੀ ਤੁਹਾਡੀ ਫਰਮਾਇਸ਼ ਹੀ ਹੈ ਫਿਰ ਅੱਲਾ ਤਾਲਾ ਰਾਜ਼ੀ ਹੋ ਜਾਏ ਅੱਛਾ ਮਾਂ ਦੀ ਫਰਮਾਇਸ਼ 'ਤੇ ਕਹਿ ਰਹੇ ਨੇ ਜੀ ਠੀਕ ਹੈ ਜੀ ਇਨਸ਼ਾਅੱਲਾ ਥੋੜ੍ਹੀ ਜੀ ਇੱਕੋ ਖੋਲੋ ਜ਼ਰਾ ਫਿਰ ਮੁਹੱਬਤ ਨਾਲ ਬਸ ਥੋੜ੍ਹੀ ਜੀ ਅੱਲਾ ਜਜ਼ਾਤ ਆ ਫਰਮਾਏ ਬਹੁਤ ਪਿਆਰਾ ਸੋਹਣੇ ਮਾਸ਼ਾਅੱਲਾ ਓਏ ਮਾਂ ਹੁੰਦੀ ਅੱਜ ਜਿਉਂਦੀ ਮਾਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਓਏ ਮਾਂ ਹੁੰਦੀ ਅੱਜ ਜਿਉਂਦੀ ਮਾਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਜੇ ਮਾਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਓਏ ਮਾਂ ਦੇ ਕਦਮਾਂ ਨੂੰ ਚੁੰਮ ਕੇ ਸੀਨੇ ਠੰਡ ਪਾਉਂਦਾ ਓਏ ਮਾਂ ਦੇ ਕਦਮਾਂ ਨੂੰ ਚੁੰਮ ਕੇ ਸੀਨੇ ਠੰਡ ਪਾਉਂਦਾ ਸ਼ਾਮ ਨੂੰ ਮੁੜ ਕੇ ਜਦ ਮੈਂ ਆਪਣੇ ਘਰ ਆਉਂਦਾ ਓਏ ਮਾਂ ਵੀ ਹੱਸ ਕੇ ਕਹਿੰਦੀ ਹਾਏ ਹਾਏ ਮਾਂ ਵੀ ਹੱਸ ਕੇ ਕਹਿੰਦੀ ਖੁਸ਼ ਰਹੋ ਲਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਮਾਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ
اپنے نالوں بد کے رکھ دی خیال میرا. السلام علیکم.